ਪੂਰੀ ਦੁਨੀਆ ਵਿੱਚ ਕੈਂਸਰ ਦੇ ਪਸਾਰ ਨੂੰ ਦੇਖ ਰਿਹਾ। ਕੈਂਸਰ ਕੇਅਰ ਦੇ ਸੰਸਥਾਪਕ ਤੇ ਮਹਾਨ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਨੇ ਮਾਲਵੇ ਵਿੱਚ ਕੈਂਸਰ ਹਸਪਤਾਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਹਾਂਜੀ, ਸਾਡਾ ਵਰਲਡ ਕੈਂਸਰ ਕੇਅਰ ਦੇ ਇੰਚਾਰਜ ਕੁਲਵੰਤ ਸਿੰਘ ਧਾਲੀਵਾਲ ਸਾਡੇ ਨਾਲ ਟਾਈਮ ਮੌਜੂਦ ਨੇ। ਉਹ ਕੋਟਕਪੁਰਾ 'ਚ ਪਹੁੰਚੇ ਆ, ਉਹਨਾਂ ਤੋਂ ਪੁੱਛਦੇ ਹਾਂ ਇਹਨਾਂ ਦਾ ਕੀ ਮਕਸਦ ਹੈ ਇਸ ਮਿਸ਼ਨ ਵਿੱਚ। ਵੀਰ ਜੀ, ਮੈਂ ਤਾਂ ਵੈਸੇ ਹੀ ਵੀਰ ਜੀ ਨੂੰ ਮਿਲ ਲਈ ਇਹਨਾਂ ਦੇ ਆਫਿਸ ਰੁਕਿਆ ਸੀ, ਐਂਡ ਮੈਂ ਸਾਰੀ ਪ੍ਰੈਸ ਨੇ ਵੀਰ ਜੀ ਸਾਰੇ ਐਨ ਜੀ ਓ ਜਿੰਨੀਆਂ ਸੀਗੀਆਂ ਬਹੁਤ ਧੰਨਵਾਦ ਕਰਦਾ। ਅਤੇ ਮੈਂ ਨਾਲ ਹੀ ਕਿਉਂਕਿ ਅਸੀਂ ਬਠਿੰਡਾ ਅਤੇ ਮਾਨਸਾ ਦੇ ਸੁਪਰ ਮੈਗਾ ਕੈਂਪ ਲਾ ਰਹੇ ਸੀ, ਕੋਟਕਪੁਰਾ ਨੂੰ ਵੀ ਅਸੀਂ ਨਾਲ ਡੇਟ ਦੇ ਦਿੱਤੀ। 17-18 ਨੂੰ ਬਠਿੰਡਾ ਅਤੇ ਮਾਨਸਾ 'ਚ, ਨਵੰਬਰ ਨੂੰ 19 ਨੂੰ ਕੋਟਕਪੁਰਾ 'ਚ ਹੋਵਾਂਗੇ ਜੋ ਸੁਪਰ ਮੈਗਾ ਕੈਂਪ। ਸਾਰੀਆਂ ਸਕੀਮਾਂ ਸਾਡੀਆਂ ਹੋਣਗੀਆਂ, ਇਕੱਲਾ ਕੋਟਕਪੁਰਾ ਨਹੀਂ, ਉਹਦੇ ਨਾਲ ਦਾ ਇਲਾਕਾ ਵੀ। ਵੈਸੇ ਅਸੀਂ ਪੰਜਾਬ ਲਈ 1800 ਕੈਂਪ ਮਨਜ਼ੂਰ ਕੀਤਾ, 3 ਸਾਲ ਦੀ ਪਲਾਨ ਬਣਾਈ ਹੈ ਵਰਲਡ ਕੈਂਸਰ ਕੇਅਰ ਨੇ। 600 ਕੈਂਪ 2018 'ਚ, 600 2019 'ਚ, 600 2020 ਦੇ ਵਿੱਚ। ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਲਿਆ ਕਰੋ, ਹਰ ਚੀਜ਼ ਫ੍ਰੀ ਦੇ ਰਹੇ ਹਾਂ। ਵਰਲਡ ਕੈਂਸਰ ਕੇਅਰ 7 ਡਿਫਰੈਂਟ ਕੈਂਸਰ ਔਨ ਦਾ ਰੋਡ ਚੈੱਕਅਪ ਕਰ ਰਹੀ ਹੈ, ਐਂਡ ਸਾਨੂੰ ਜੁਆਇਨ ਕਰੋ ਵਰਲਡ ਕੈਂਸਰ ਕੇਅਰ .co.in ਤੇ ਜਾ ਕੇ, ਸਾਡੇ ਨੈਕਸਟ 10 ਡੇਜ਼ ਦੀ ਕੈਂਪ ਦੀ ਲਿਸਟ ਆਇਆ ਜਿਵੇਂ ਕਿੱਥੇ ਆ ਤੁਸੀਂ, ਪਲੀਜ਼ ਆਪਣਾ ਕੈਂਪਾਂ ਜਾ ਕੇ ਫਾਇਦਾ ਲਿਆ ਕਰੋ। ਕੈਂਸਰ ਦਾ ਇਲਾਜ ਹੈ ਅਗਰ ਪਹਿਲੀ ਸਟੇਜ 'ਤੇ ਫੈਲ ਗਈ, ਐਂਡ ਕੈਂਸਰ ਇਜ਼ ਕਿਉਰੇਬਲ ਇਫ ਯੂ ਡਿਟੈਕਟ ਅਰਲੀਅਰ। ਅਵੇਅਰਨੈਸ ਦੀ ਘਾਟ ਹੈ, ਅਵੇਅਰਨੈਸ ਤੁਸੀਂ ਆਪ ਲੈ ਕੇ ਆਉਂਦੇ ਹੋ। ਪਲੀਜ਼ ਜਿੱਥੇ ਜਾਗਰਤਾ ਆ ਜਾਂਦੀ ਨਾ, ਉੱਥੇ ਰੋਸ਼ਨੀ ਆ ਜਾਂਦੀ, ਲਾਈਟ ਆ ਜਾਂਦੀ ਹੈ, ਤਾਂ ਨਹੀਂ ਤਾਂ ਡਾਰਕਨੈਸ ਇਜ਼ ਲਾਈਫ ਦੇ ਵਿੱਚ। ਇੰਨਾ ਮੌਤ ਰੇਟ ਜ਼ਿਆਦਾ ਹੋਣ ਦਾ ਕਾਰਨ ਹੀ ਸਾਡੀ ਸਟੇਟ ਬਦਨਾਮ ਹੋ ਗਈ। ਕੈਂਸਰ ਸਾਰੀ ਦੁਨੀਆ 'ਚ ਬਹੁਤ ਵਾਧਾ ਹੋਇਆ, ਪਰ ਸਾਡੇ 'ਚ ਲੈਕ ਆਫ ਅਵੇਅਰਨੈਸ, ਕੈਂਸਰ ਪਹਿਲੀ ਸਟੇਜ 'ਤੇ ਫੜਿਆ ਨਹੀਂ ਜਾਂਦਾ। ਵਰਲਡ ਕੈਂਸਰ ਆਪਣੀ ਕੋਸ਼ਿਸ਼ ਕਰ ਰਹੀ ਹੈ ਕਿ ਕੈਂਸਰ ਨੂੰ ਪਹਿਲੀ ਸਟੇਜ 'ਤੇ ਫੜ ਲਿਆ ਜਾਵੇ, ਡਾਇਗਨੋਜ਼ ਇਨ ਟਾਈਮ ਕੀਤਾ ਜਾਵੇ, ਤਾਂ ਉਹਦਾ ਇਲਾਜ ਹੈ ਦੋਸਤੋ, ਅਤੇ ਘਰ ਦੀ ਵੀ ਬਰਬਾਦੀ ਵੱਧ ਜਾਵੇ। ਸਰ, ਤੁਸੀਂ ਜਿਵੇਂ ਕਿ ਗੁਰਦੁਆਰਾ ਸਾਹਿਬ 'ਚ ਬੋਲਿਆ, ਗੁਰਦੁਆਰਾ ਵਿੱਚ ਮੱਥਾ ਨਹੀਂ ਟੇਕਣਾ ਚਾਹੀਦਾ, ਉਹਦੇ ਸੰਬੰਧ ਵਿੱਚ ਥੋੜ੍ਹੀ ਜਾਣਕਾਰੀ। ਬਿਲਕੁਲ, ਟੇਕ ਗੁਰੂ ਸਾਹਿਬ ਨੂੰ ਹੋਰ ਨਹੀਂ ਜਾਣਾ, ਮੈਂ ਹਮੇਸ਼ਾ ਹੀ ਕਹਿੰਦਾ ਗੁਰੂ ਸਾਹਿਬ ਦਾ ਆਸਰਾ ਲਓ, ਪਰ ਮੈਂ ਨਾਲ ਕਹਿੰਦਾ ਵੀ ਦਵਾਈ ਦੇ ਲੰਗਰ ਵੀ ਲਾਈਏ, ਮਨੁੱਖਤਾ ਮੰਨ ਰਹੀ ਹੈ, ਮੈਂ ਨਾਲ ਦਵਾਈ ਦੇ ਲੰਗਰਾਂ 'ਤੇ ਜ਼ੋਰ ਦੇ ਰਿਹਾ। ਮੈਂ ਤਾਂ ਕਹਿੰਦਾ, ਮੈਂ ਤਾਂ ਸ਼ਬਦ ਗੁਰੂ ਤੋਂ ਬਾਹਰ ਨਹੀਂ ਜਾਂਦਾ, ਤਾਂ ਕਹਿੰਦਾ ਕੰਮ ਕਰਨ ਸਾਰੇ ਸਾਡੇ ਪੰਜਾਬੀ ਬੇਨਤੀ ਕਰਦਾ, ਸ਼ਬਦ ਗੁਰੂ ਫਿਰ ਆਓ ਵੀ। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਸੀ, ਸਾਧਾਂ ਦੇ ਲੜ ਲਾ ਕੇ ਨਹੀਂ ਗਏ ਸੀ, ਕਿ ਸਾਧਾਂ ਦੇ ਲੜ ਲਾ ਕੇ ਗਏ ਸੀ, ਨਹੀਂ ਲਾ ਕੇ ਗਏ ਸੀ। ਅਤੇ ਮੈਂ ਤਾਂ ਬੇਨਤੀਆਂ ਕਰਦਾ ਵੀ ਸ਼ਬਦ ਗੁਰੂ ਦੇ ਆਪਾਂ ਮੰਨਾਂ, ਹੋਰ ਨਹੀਂ ਗਏ, ਸਤਿਕਾਰ ਕਰੋ ਅੱਛੇ ਸੰਤ ਸਮਾਜ ਦਾ, ਜਿਹੜੇ ਅੱਛੇ ਸਾਧੂ ਉਹਨਾਂ ਦਾ ਸਤਿਕਾਰ ਕਰੋ, ਮੈਂ ਵੀ ਕਰਦਾ, ਪਰ ਮੈਂ ਬੇਨਤੀ ਇਹ ਹੀ ਆ ਕਿ ਮਨੁੱਖਤਾ ਦੀ ਸੇਵਾ ਕਰੀਏ ਵੱਧ ਤੋਂ ਵੱਧ, ਮਨੁੱਖਤਾ ਮਰ ਰਹੀ ਹੈ, ਐਂਡ ਸਹਿਜੇ ਹੀ ਆਪਾਂ ਕੰਟਰੋਲ ਕਰ ਲਾਂਗੇ ਵਰਲਡ ਕੈਂਸਰ। ਜਿੱਦਾਂ ਕਿ ਗੁਰਦੁਆਰਾ ਸਾਹਿਬ ਵਿੱਚ ਇੰਨਾ ਚੜਾਵਾ ਚੜਦਾ ਜੀ, ਉਹ ਸਮਾਜ ਭਲਾਈ ਦੇ ਲੇਖੇ ਕਿਉਂ ਨਹੀਂ ਲਾਉਂਦੇ, ਜਿੱਦਾਂ ਕੋਈ ਐਜੂਕੇਸ਼ਨ ਦੇ ਸੰਬੰਧੀ ਜਿਵੇਂ ਤੁਸੀਂ ਕੈਂਸਰ ਨਾਲ ਜੁੜੇ ਹੋਏ ਜਾਂ ਕੋਈ ਹੋਰ ਪੀੜਿਤ ਬਿਮਾਰੀਆਂ ਤੋਂ ਲੋਕ ਹੈ, ਉਹਨਾਂ ਲਈ ਕਿਉਂ ਨਹੀਂ ਜਾਣੀ ਕਿ ਲਾ ਰਹੇ, ਉਹ ਆਪਣੇ ਗੋਲਕ ਕਿਉਂ ਆਪਣੇ ਘਰਾਂ ਨੂੰ ਆਲੀਸ਼ਾਨ ਕਿਉਂ ਲੈ ਜਾਂਦੇ, ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਵੀਰ ਦੇਖੋ, ਮੈਂ ਤਾਂ ਦੋ ਚੀਜ਼ਾਂ ਦਾ ਧੰਨਵਾਦ ਕਰੂੰ, ਪੰਜਾਬ ਸਰਕਾਰ ਦਾ ਥੈਂਕਸ ਕਰਦਾ, ਉਹ 1.5 ਲੱਖ ਰੁਪਇਆ ਉਹ ਕੈਂਸਰ ਫੰਡ ਕੈਂਸਰ ਮਰੀਜ਼ ਲਈ ਦੇ ਰਹੇ, ਉਹ ਫਾਰਮ ਸਾਡੀਆਂ ਬੱਸਾਂ 'ਚ ਅਸੀਂ ਭਰ ਦਿੰਦੇ ਹਾਂ, ਸਾਡੇ ਸਟਾਫ ਮੈਨੇਜਰ ਨਾਲ ਹੀ ਬੈਠੇ ਸ਼ਾਲਮੀ ਜੀ। ਅਤੇ ਮੈਂ ਤਾਂ ਉਸ ਚੀਜ਼ ਤੋਂ ਖੁਸ਼ ਹਾਂ, ਮੈਂ ਤਾਂ ਸ਼੍ਰੋਮਣੀ ਕਮੇਟੀ ਦਾ ਵੀ ਧੰਨਵਾਦ ਕਰਦਾ, ਕੋਈ 20,000 ਉਹ ਕੈਂਸਰ ਪੇਸ਼ੈਂਟ ਨੂੰ ਦੇ ਰਹੇ ਸੀ ਪਹਿਲਾਂ, ਹੁਣ ਉਹਨਾਂ ਨੇ 20,000 ਦੀ ਬਜਾਏ 3 ਲੱਖ ਰੁਪਇਆ ਹਰ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਦੇ ਦਿੱਤਾ ਵੀ ਤੂੰ ਦੇਖ ਆਪਦੇ ਹਲਕੇ 'ਚ ਕੋਈ ਕੈਂਸਰ ਮਰੀਜ਼ ਸਫ਼ਰ ਕਰਦਾ ਉਹਨੂੰ ਦੇ। ਜੀ ਦੇਖੋ, ਵਰਲਡ ਕੈਂਸਰ ਜੋ ਕਰ ਰਹੀ ਹੈ, ਮੈਂ ਉਹਦਾ ਜਵਾਬ ਦੇ ਸਕਦਾ ਵੀ ਅਸੀਂ ਕੀ ਕਰ ਰਹੇ ਹਾਂ, ਅਸੀਂ ਹਰ ਚੀਜ਼ ਫ੍ਰੀ ਦੇ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ। ਸਾਡੇ ਦਾਨੀ NRI ਵੀਰ ਬਾਹਰ ਬੈਠੇ ਆ ਜਾਂ ਅਕਾਲਪੁਰ 'ਤੇ ਸਾਨੂੰ ਭਰੋਸਾ, ਠੀਕ ਹੈ, ਪਰ ਮੈਂ ਨਾਲ ਤੁਹਾਨੂੰ ਵੀ ਬੇਨਤੀ ਕਰਦਾ ਵੀ ਬਹੁਤ ਸੋਹਣੇ ਗੁਰੂ ਘਰ ਮੰਦਰ ਮਸਜਿਦਾਂ ਬਣਾ ਲਏ, ਆਓ ਆਪਾਂ ਰਲ ਕੇ ਮਨੁੱਖਤਾ ਦੀ ਸੇਵਾ ਕਰੀਏ, ਲੋੜ ਆ, ਮਨੁੱਖਤਾ ਬਿਮਾਰ ਹੈ। ਇਹੀ ਗੁਰੂ ਸਾਹਿਬ ਦਾ ਸੁਨੇਹਾ ਸੀ ਵੀ ਕਿਸੇ ਗਰੀਬ ਨੂੰ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਸੀ ਗੁਰੂ ਸਾਹਿਬ ਨੇ, ਠੀਕ ਹੈ, ਅੱਜ ਉਸ ਗੋਲਕ ਨੂੰ ਦਵਾਈ ਦੀ ਲੋੜ ਹੈ ਅਤੇ ਆਪਾਂ ਉਸ ਗੋਲਕ ਨੂੰ ਦਵਾਈ ਪਾ ਦਿਓ। ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲ, ਉਸ ਗੋਲਕ
ਲੋਕ ਨੂੰ ਜਿੱਥੇ ਪਹਿਲਾਂ ਲੰਗਰ ਦੀ ਲੋੜ ਸੀ ਜਾਂ ਰਾਸ਼ਨ ਪਾਣੀ ਦੀ ਲੋੜ ਸੀ, ਨਾਲ ਉਹਨੂੰ ਮੈਡੀਸਿਨ ਦੀ ਵੀ ਲੋੜ ਹੈ। ਅਤੇ ਉਸ ਗੋਲਪ 'ਚ ਕਿਸੇ ਗਰੀਬ ਨੂੰ ਦਵਾਈ ਦਵਾ ਦੇ ਵੱਡਾ ਪੁਰਖ ਹੀ ਹੈ, ਹੋ ਹੀ ਨਹੀਂ ਸਕਦਾ। ਗਰੀਬ ਦੇ ਜਿਹਦੇ ਘਰੇ ਕੈਂਸਰ ਆ ਗਿਆ, ਗਰੀਬ ਦੇ ਘਰੇ, ਅਤੇ ਉਹਨੂੰ ਤਾਂ ਇਹ ਵੀ ਪਤਾ ਲੱਗਦਾ ਮੈਂ ਲੈ ਕੇ ਕਿੱਥੇ ਜਾਵਾਂ, ਕਿਉਂਕਿ ਬੜਾ ਮਹਿੰਗਾ ਇਲਾਜ ਹੈ। ਕਿਤੇ ਕੈਂਸਰ ਦੇ ਮਰੀਜ਼ ਨੂੰ ਫੜਿਆ ਕਰੋ ਯਾਰ, ਕਿਤੇ ਹੱਥ ਫੜੇ ਉਹਦਾ ਘੁੱਟ ਕੇ, ਤੁਹਾਨੂੰ ਬੜਾ ਆਨੰਦ ਆਊਗਾ, ਤੁਹਾਨੂੰ ਆਨੰਦ ਆਊ, ਨਾਲ ਡਰ ਪੈਦਾ ਹੋਊਗਾ ਕਿਤੇ ਮੈਨੂੰ ਨਾ ਹੋ ਜਾਏ। ਅਤੇ ਉਸ ਮਰੀਜ਼ ਨੂੰ ਇੱਕ ਆਸਰਾ ਮਿਲੂ ਯਾਰ, ਤੁਸੀਂ ਮੈਨੂੰ ਸਾਂਭਣਾ, ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂ, ਤੁਸੀਂ ਤਾਂ ਵਿਆਹ 'ਚ ਨੱਚੇ ਨੱਚੀ ਜਾਂਦੇ। ਕਿਤੇ ਕੈਂਸਰ ਮਰੀਜ਼ ਦਾ ਪਤਾ ਲੈਣ ਜਾਇਓ, ਉਹਦੇ ਕੋਲ ਬੈਠੋ 10 ਮਿੰਟ, ਤੁਹਾਡੇ 'ਚੋਂ ਸਾਰਾ ਆਕਾਰ ਨਿਕਲ ਜੂ, ਪਰ ਤੁਸੀਂ ਡਰਦਿਆਂ ਨੇ ਬਹਿਣਾ ਵੀ ਨਹੀਂ ਨੇੜੇ, ਅਤੇ ਨਾ ਹੀ ਤੁਹਾਡੇ ਕੋਲ ਟਾਈਮ ਹੈ, ਤੁਹਾਡੇ ਕੋਲ ਹੋਰ ਪੁੱਟੇ ਸਿੱਧੇ ਕੰਮਾਂ ਲਈ ਟਾਈਮ ਬਹੁਤ ਹੈ। ਸਰ, ਕੈਂਸਰ ਦੇ ਨਾਲ ਨਾਲ ਜਿਵੇਂ ਕਿ ਕੈਂਸਰ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ, ਜਿਵੇਂ ਅੱਜ ਨੌਜਵਾਨ ਪੀੜ੍ਹੀ ਜਿਹੜੀ ਕਿ ਨਸ਼ਿਆਂ ਦੀ ਦਲਦਲ ਜਾ ਚੁੱਕਾ, ਇਹਦੇ 'ਚ ਨੌਜਵਾਨ ਕੀ ਸੰਦੇਸ਼? ਉਹ ਵੀ ਕੈਂਸਰ ਹੀ ਹੈ ਜੀ, ਜਿਹਦੇ ਬੱਚੇ ਹੁਣ ਨਸ਼ੇ ਖਾਣ ਲੱਗ ਗਏ। ਮੈਂ ਤਾਂ ਬੇਨਤੀ ਕਰਦਾ ਵੀ ਭਾਈ ਆਪਣੀ ਸਿਹਤ ਦਾ ਸੰਭਾਲ ਦਿਓ, ਮਾਂ ਬਾਪ ਰੋ ਜਾਂਦੇ ਆ, ਬੁੱਢੇ ਮਾਂ ਬਾਪ ਦਾ ਸਹਾਰਾ ਤੁਸੀਂ, ਅਤੇ ਉਲਟਾ ਨਾ ਇਹ ਨਾ ਹੋ ਜਾਏ ਕਿ ਮਾਂ ਬਾਪ ਤੁਹਾਡਾ ਡੰਗੋਰੀ ਬਣ ਜਾ। ਜਦੋਂ ਨਾ ਮਾਲਵਾ ਬੈਲਟ ਦੀ ਬਦਕਿਸਮਤੀ ਸਾਡੀ ਇਹ ਹੋਈ ਹੈ ਜੀ, ਆਪਾਂ ਆਮ ਲਫ਼ਜ਼ ਬੋਲਦੇ ਹਾਂ ਵੀ ਬੁਢਾਪੇ ਦੇ ਵਿੱਚ ਮਾਂ ਬਾਪ ਦੀ ਡੰਗੋਰੀ ਬਣਦੇ ਆ, ਜਿਹੜੇ ਬੱਚੇ ਹੁੰਦੇ ਆ ਨਾ ਆਪਦੇ ਬੁੱਢੇ ਮਾਂ ਬਾਪ ਦਾ ਸੰਭਾਲ ਕਰਦੇ ਆ। ਮਾਲਵੇ 'ਚ ਉਲਟ ਕੰਮ ਹੋਇਆ, ਜਿਹੜੀ ਮਾਂ ਭੈਣ ਨੂੰ ਡਿਸੇਬਲਡ ਬੱਚਾ ਪੈਦਾ ਹੋ ਗਿਆ ਵੀ ਠੀਕ ਹੈ, ਉਹ ਸਾਰੀ ਉਮਰ ਮਾਂ ਨੂੰ ਸਾਂਭਣਾ ਪੈਣਾ ਬੱਚਾ, ਉਹ ਸਾਰੀ ਉਮਰ ਜ਼ਿੰਦਗੀ ਉਹ ਮਾਂ ਉਸ ਬੱਚੇ ਨੂੰ ਕਿਸ ਵਾਸਤੇ ਗੱਭਰੂ ਕਰੋ, ਤੁਹਾਨੂੰ ਸਵਾਲ ਹੈ ਪ੍ਰੈਸ ਵਾਲੇ, ਜਿਹੜੀ ਮਾਂ ਦੇ ਘਰੇ ਡਿਸੇਬਲਡ ਬੱਚਾ ਹੋ ਗਿਆ, ਇਹਦਾ ਮਤਲਬ ਪੋਲਿਊਸ਼ਨ ਤੋਂ ਬਚੋ, ਇਨਵਾਇਰਨਾਮੈਂਟ ਨੂੰ ਸਾਫ਼ ਰੱਖੋ। ਜਿਹੜੀ ਮਾਂ ਭੈਣ ਨੂੰ ਇਸ ਤਰ੍ਹਾਂ ਦੇ ਬੱਚੇ ਪੈਦੇ ਹੋ ਗਏ, ਦੱਸੋ ਕੀ ਕਰੂ ਵਿਚਾਰੇ? ਆਪਾਂ ਆਓ ਯਾਰ, ਨਸ਼ਿਆਂ ਤੋਂ ਬਚ ਕੇ ਰਹੋ, ਦੂਰ ਰਹੋ। ਗੁਰੂ ਸਾਹਿਬ ਨੇ, ਗੁਰੂ ਸਾਹਿਬ ਦਾ ਘੋੜਾ ਨਹੀਂ ਲੰਘਿਆ ਜਵਾਕ ਨੂੰ ਲੈ ਕੇ, ਲੰਘਿਆ ਸੀ ਨਹੀਂ ਲੰਘਿਆ ਸੀ ਨਾ, ਅਤੇ ਕਿਉਂ ਖਾਂਦੇ ਵੀ ਨਸ਼ਾ? ਸਾਡੇ 'ਤੇ ਗੁਰੂ ਸਾਹਿਬ ਵਰਜ ਕੇ ਗਏ ਆ ਸਾਨੂੰ, ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ ਲਿਖਿਆ ਵੀ ਇਹ ਚੀਜ਼ਾਂ ਤੋਂ ਬਾਹਰ ਦੂਰ ਰਹੋ। ਤੰਬਾਕੂ ਤੋਂ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਹੀ ਦੂਰ ਕਰ ਗਏ, ਅੱਜ ਤੋਂ 1000 ਸਾਲ ਪਹਿਲਾਂ, ਪਰ ਅਸੀਂ ਸੁਣੇ ਹੀ ਨਹੀਂ ਗੇ, ਪੜ੍ਹੇ ਹੀ ਨਹੀਂ, ਮੱਥੇ ਟੇਕੀ ਜਾਂਦੇ। ਪੜ੍ਹੋ ਵੀ ਕੀ ਲਿਖਿਆ ਗੁਰੂ ਸਾਹਿਬ ਨੇ, ਪੜ੍ਹ ਤਾਂ ਲਓ ਕੀ ਲਿਖਿਆ। ਗੁਰੂ ਗ੍ਰੰਥ ਸਾਹਿਬ ਇੱਕ ਅਨਮੋਲ ਖਜ਼ਾਨਾ ਦੇ ਕੇ ਗਏ, ਅਸੀਂ ਉਹਨੂੰ ਪੜ੍ਹਿਆ ਹੀ ਨਹੀਂ ਗਾ, ਠੀਕ ਹੈ। ਮੱਥਾ ਟੇਕਣਾ, ਰੁਮਾਲਾ ਦੇਣਾ, ਬਾਹਰੀ ਸਤਿਕਾਰ ਹੈ, ਗੁਰੂ ਸਾਹਿਬ ਨੇ ਅਸਲੀ ਸਤਿਕਾਰ ਕਿਹਾ ਸੀ, ਪੜ੍ਹੀਏ ਸੁਣੀਏ ਮਨ ਰੱਖੀਏ ਭਾਓ, ਉੱਥੇ ਫੇਲ ਹੋ, ਠੀਕ ਹੈ। ਆਓ ਗੁਰੂ ਦੇ ਲੜ ਲੱਗੀਏ, ਨਸ਼ਿਆਂ ਤੋਂ ਬਚ ਕੇ ਰਹੋ, ਵਰਲਡ ਕੈਂਸਰ ਦਾ ਸਾਥ ਦਿਓ ਜੀ, ਐਂਡ ਪਲੀਜ਼ ਸਾਨੂੰ ਜੁਆਇਨ ਕਰੋ, ਸਾਡੀ ਵੈਬਸਾਈਟ 'ਤੇ ਚਲੇ ਜਾਇਆ ਕਰੋ, ਐਂਡ ਸਾਨੂੰ ਐਡਵਾਈਸ ਵੀ ਦਿਓ, ਪਲੀਜ਼ ਜੁਆਇਨ ਅਸ, ਥੈਂਕ ਯੂ। ਹਾਂਜੀ, ਸਾਡੇ ਨਾਲ ਚਨਾਬ ਐਜੂਕੇਸ਼ਨ ਗਰੁੱਪ ਦੇ ਬਲਜੀਤ ਸਿੰਘ ਖੀਵਾ ਜੀ ਸਾਡੇ ਨਾਲ ਹੈ। ਅੱਜ ਇੱਥੇ ਵਰਲਡ ਕੈਂਸਰ ਕੇਅਰ ਦੇ ਇੰਚਾਰਜ ਕੁਲਵੰਤ ਸਿੰਘ ਧਾਲੀਵਾਲ ਜੀ, ਇਹਨਾਂ ਦੇ ਹੈੱਡ ਆਫਿਸ ਪਹੁੰਚੇ ਸੀਗੇ, ਅਤੇ ਆਓ ਇਹਨਾਂ ਨੂੰ ਪੁੱਛਦੇ ਹਾਂ ਵੀ ਉਸ ਸੰਬੰਧੀ ਕੀ ਮਿਸ਼ਨ ਸੀ ਉਹਨਾਂ ਨੂੰ ਬੁਲਾਉਣ ਦਾ। ਵਰਲਡ ਕੈਂਸਰ ਕੇਅਰ ਦੇ ਜਿਹੜੇ ਬ੍ਰਾਂਡ ਅੰਬੈਸਡਰ ਸਰਦਾਰ ਕੁਲਵੰਤ ਸਿੰਘ ਜੀ ਧਾਲੀਵਾਲ ਅੱਜ ਮੇਰੇ ਦਫ਼ਤਰ ਪਹੁੰਚੇ ਸੀ, ਉਹਨਾਂ ਦਾ ਹਮੇਸ਼ਾ ਇੱਕੋ ਹੀ ਸੁਨੇਹਾ ਰਿਹਾ ਵੀ ਉਹਨਾਂ ਲੋੜਵੰਦ ਜਿਹੜੇ ਲੋਕਾਂ ਦਾ ਕੈਂਸਰ ਦੇ ਕਾਰਨ ਅੱਜ ਮਰਦੇ ਜਾ ਰਹੇ, ਉਹਨਾਂ ਦੇ ਇਲਾਜ ਦੇ ਲਈ ਉਹ ਕੀ ਯਤਨ ਕਰ ਸਕਦੇ ਆ। ਵਰਲਡ ਕੈਂਸਰ ਕੇਅਰ ਦੇ ਬ੍ਰਾਂਡ ਅੰਬੈਸਡਰ ਹੋਣ ਦੇ ਕਾਰਨ ਜਿਵੇਂ ਅੱਜ ਉਹਨਾਂ ਨੇ ਇੱਕ ਮੁਕਤਸਰ ਸਾਹਿਬ ਵਿਖੇ ਕੈਂਪ ਲਾਇਆ ਸੀ, ਰਸਤੇ ਵਿੱਚ ਉਹਨਾਂ ਨੇ ਇੱਥੇ ਪੜਾਅ ਕੀਤਾ, ਸਾਨੂੰ ਉਹਨਾਂ ਕਲੱਬਾਂ ਨੂੰ ਪ੍ਰੈਸ ਨੂੰ ਮਿਲ ਕੇ ਗਏ ਆ। ਪਰ ਆਉਣ ਵਾਲੀ 19 ਨਵੰਬਰ 2018 ਨੂੰ ਉਹ ਕੋਟਕਪੁਰੇ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਕੈਂਪ ਜਿਹੜਾ ਔਰਗਨਾਈਜ਼ ਕਰਨ ਜਾ ਰਹੇ ਆ, ਜਿਹਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਆ ਸਾਰੀਆਂ ਕਲੱਬਾਂ ਨੂੰ, ਸਾਰੀਆਂ NGOs ਜਿੰਨੇ ਵੀ ਨੇ ਸਾਡੇ ਏਰੀਏ ਦੇ, ਪਰ ਪ੍ਰੈਸ ਵਾਲੇ ਵੀਰਾਂ ਨੂੰ ਵੀ ਇਸ ਸੁਨੇਹੇ ਨੂੰ ਹਰ ਇੱਕ ਪਾਸੇ ਤੱਕ ਪਹੁੰਚਾ ਦਿੱਤਾ ਜਾਵੇ, ਕਿਉਂਕਿ ਅੱਜ ਬੜਾ ਵੱਡਾ ਕਾਰਨ ਲੋਕਾਂ ਦੀ ਕੈਂਸਰ ਕਾਰਨ ਮੌਤ ਦਾ ਇਹ ਹੈ ਵੀ ਉਹਨਾਂ ਦੀ ਪਹਿਲੀ ਵਾਰੀ ਜਾਂਚ ਨਹੀਂ ਹੁੰਦੀ, ਉਹਨਾਂ ਨੂੰ ਤੀਸਰੀ ਸਟੇਜ 'ਤੇ ਜਾ ਕੇ ਪਤਾ ਲੱਗਦਾ। ਸੋ ਉਹ ਇਸ ਜਿਹੜਾ ਮੈਡੀਕਲ ਕੈਂਪ ਦਾ ਮੇਨ ਮਕਸਦ ਇਹ ਹੈ ਵੀ ਜਿਹੜਾ ਲੋਕਾਂ ਨੂੰ, ਆਮ ਜਿਹੜੇ ਲੋਕ ਜਾਗਰੂਕ ਨਹੀਂ ਕੈਂਸਰ ਪ੍ਰਤੀ, ਉਹਨਾਂ ਨੂੰ ਪਹਿਲੀ ਸਟੇਜ 'ਤੇ ਹੀ ਉਸ ਜਿਹੜੀ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਪਤਾ ਲੱਗ ਜਾਵੇ, ਤਾਂ ਅਤੇ ਉਹਨਾਂ ਦਾ ਜਿਹੜਾ ਲਗਾਤਾਰ ਇਲਾਜ ਹੋ ਜਾਵੇ ਔਰ ਆਪਣੀ ਜਿਹੜੀ ਜ਼ਿੰਦਗੀ ਨੂੰ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣ।
ਹਾਂਜੀ, ਇਹ ਸਾਡੇ ਨਾਲ ਸੀ ਬਲਜੀਤ ਸਿੰਘ ਜੀ ਖੀਵਾ, ਤੇ ਮੈਂ ਗੁਰਪ੍ਰੀਤ ਸਿੰਘ ਔਲਖ, ਕੈਮਰਾਮੈਨ ਸੁਖੀ ਟਾਣਾ ਦੇ ਨਾਲ। ਇਕੱਲਾ ਮਾਲਵਾ ਹੀ ਨਹੀਂ, ਪੂਰੀ ਦੁਨੀਆ ਇਸ ਕੈਂਸਰ ਦੇ ਚਪੇਟ ਵਿੱਚ ਹੈ। ਸਾਡੀਆਂ ਸਰਕਾਰਾਂ ਤੇ ਸਾਡੇ ਲੋਕ ਇਸ ਪਾਸੇ ਦੇਖਣ ਦੀ ਬਜਾਏ ਬੇਕਾਰ ਦੀਆਂ ਸੋਚਾਂ ਵਿੱਚ ਲੱਗੇ ਨੇ। ਧਾਰਮਿਕ ਸਥਾਨਾਂ ਤੇ ਚਿੱਟੇ ਚਾਦਰ ਚੜ੍ਹਾਉਣ ਦੀ ਬਜਾਏ ਕੈਂਸਰ ਪੀੜਤਾਂ ਦੀ ਮਦਦ ਕਰਕੇ ਉਹਨਾਂ ਦੇ ਇਲਾਜ ਦੇ ਉਪਰਾਲੇ ਕਰਨ ਦੀ ਲੋੜ ਹੈ। ਬਿਊਰੋ ਰਿਪੋਰਟ, TV NRI।